ਸਾਤਰੀਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਲੰਜ ਚੀਮਾ ਫੈਸ਼ਨ ਬੁਟੀਕ ਵਿੱਚ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਨੂੰ ਡਾਈ ਦੇ ਨਾਲ ਬਟਨ ਬਣਾਉਣੇ ਠੀਕ ਹੈ ਜੀ ਆਪਣੇ ਇੱਕ ਕਸਟਮਰ ਨੇ ਬਹੁਤ ਜ਼ਿਆਦਾ ਰਿਕੁਐਸਟ ਕੀਤੀ ਸੀ ਕਿ ਉਹ ਸਾਨੂੰ ਡਾਈ ਵਾਲੇ ਬਟਨ ਡਾਈ ਬਾਰੇ ਦੱਸਣ ਕਿਵੇਂ ਬਣਦੇ ਨੇ ਠੀਕ ਹੈ ਜੀ ਅੱਜ ਤੁਹਾਨੂੰ ਬਿਲਕੁਲ ਹੀ ਸਿੰਪਲ ਤੇ ਸਾਨ ਤਰੀਕੇ ਨਾਲ ਦੱਸਾਂਗੇ ਕੋਈ ਇਹਦੇ ਵਿੱਚ ਕੋਈ ਡਰ ਵਾਲੀ ਗੱਲ ਨਹੀਂ ਕਿ ਆਪਣੇ ਤੋਂ ਬੰਨੇ ਨਹੀਂ ਬਿਲਕੁਲ ਸੌਖੇ ਨੇ ਠੀਕ ਹੈ ਜੀ ਤੁਹਾਨੂੰ ਆਪ ਪ੍ਰੋਪਰ ਡਾਈ ਮਸ਼ੀਨ ਬਾਰੇ ਸਾਰਾ ਕੁਝ ਦੱਸਾਂਗੇ ਬਟਨ ਦਿਖਾਵਾਂਗੇ ਕੱਲੀ ਕੱਲੀ ਨੌਲੇਜ ਵਾਲੀ ਚੀਜ਼ ਤੁਹਾਨੂੰ ਦੱਸਾਂਗੇ ਤਾਂ ਜੋ ਤੁਹਾਨੂੰ ਕੋਈ ਔਖਾ ਨਾ ਲੱਗੇ ਕਿਸੇ ਤਰ੍ਹਾਂ ਦਾ ਇਹ ਬਹੁਤ ਜ਼ਿਆਦਾ ਐਕਸਪੈਂਸਿਵ ਵੀ ਨਹੀਂ ਹੈਗੀ ਹਰ ਕੋਈ ਇਸ ਨੂੰ ਅਫੋਰਡ ਵੀ ਕਰ ਸਕਦਾ ਠੀਕ ਹੈ ਜੀ ਤੇ ਇਸ ਨਾਲ ਇਹ ਸੌਖਾ ਹੋ ਜਾਂਦਾ ਕਿ ਆਪਾਂ ਨੂੰ ਰੈਡੀਮੇਡ ਬਟਨਾਂ ਤੋਂ ਆਪਾਂ ਨੂੰ ਬਚਾਅ ਰਹਿਤ ਮਿਲ ਜਾਂਦੀ ਏ ਠੀਕ ਹੈ ਜੀ ਆਪਣੇ ਹੱਥ ਨਾਲ ਬਣਾ ਕੇ ਆਪਾਂ ਕਈ ਤਰ੍ਹਾਂ ਦੇ ਬਟਨ ਡਿਜ਼ਾਈਨ ਕਰ ਸਕਦੇ ਹਾਂ ਇਸ ਤੇ ਠੀਕ ਹੈ ਜੀ ਆਹ ਹੁਣ ਦੱਸਦੇ ਆ ਤੁਹਾਨੂੰ ਇਸ ਦੇ ਬਾਰੇ ਲੋ ਜੀ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਆਪਣੇ ਕੋਲ ਦੋ ਤਰ੍ਹਾਂ ਦੇ ਬਟਨ ਤੇ ਦੋ ਤਰ੍ਹਾਂ ਦੀਆਂ ਡਾਈਆਂ ਪਈਆਂ ਨੇ ਠੀਕ ਹੈ ਜੀ ਹੁਣ ਤੁਹਾਨੂੰ ਅਸੀਂ ਇਕੱਲੀ ਇਕੱਲੀ ਚੀਜ਼ ਖੋਲ ਕੇ ਦਿਖਾਵਾਂਗੇ ਇੱਕ ਆਵਲਾ ਸਾਈਜ਼ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹ ਕਾਬਲਾ ਸਾਈਜ਼ ਹੈ ਬਟਨ ਦਾ ਆਪਣਾ ਠੀਕ ਹੈ ਤੇ ਜ਼ਿਆਦਾਤਰ ਆਪਣੇ ਕੋਲ ਸਾਈਜ਼ ਚੱਲਦਾ ਹੈ ਆਵਲਾ ਠੀਕ ਹੈ ਜੀ ਜ਼ਿਆਦਾ ਯੂਜ਼ ਵੀ ਆਪਣੇ ਕੋਲ ਆਵਲਾ ਸਾਈਜ਼ ਆਂਦਾ ਹੈ ਠੀਕ ਹੈ ਜੀ ਇਹ ਨਾ ਜ਼ਿਆਦਾ ਵੱਡਾ ਹੈ ਨਾ ਛੋਟਾ ਹੈ ਠੀਕ ਹੈ ਜੀ ਤੇ ਇਸ ਦੇ ਨਾਲ ریلیਟਡ ਹੀ ਤੁਹਾਨੂੰ ਇਸ ਦੀਆਂ ਅਸੀਂ ਇਸ ਤਰ੍ਹਾਂ ਡਾਈਆਂ ਦਿਖਾਵਾਂਗੇ। ਲੋ ਜੀ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਇਸ ਦੇ ਨਾਲ ਠੀਕ ਹੈ ਜੀ ਇਹ ਕੱਲੀ ਕੱਲੀ ਚੀਜ਼ ਤੁਹਾਨੂੰ ਮਸ਼ੀਨ ਦੇ ਵਿੱਚ ਕਿਸ ਤਰ੍ਹਾਂ ਲਗਾਣੀ ਹੈ ਕਿ ਇਹਦਾ ਯੂਜ਼ ਇਹ ਸਾਰਾ ਕੁਝ ਦੱਸਾਂਗੇ ਠੀਕ ਹੈ ਜੀ ਵੀਡੀਓ ਵਿੱਚ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਦੇਖਣਾ। ਤੁਹਾਨੂੰ ਇਸ ਦੀਆਂ ਵੀ ਇੱਕ ਵਾਰੀ ਦਿਖਾ ਦੇਣੀ ਆ। ਲੋ ਜੀ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ। ਠੀਕ ਹੈ ਜੀ ਹੁਣ ਤੁਹਾਨੂੰ ਮਸ਼ੀਨ ਤੇ ਚੱਲ ਕੇ ਦੱਸਾਂਗੇ ਕਿ ਕਿਸ ਤਰ੍ਹਾਂ ਆਪਾਂ ਕੱਪੜਾ ਚੜਾ ਕੇ ਕਿਸ ਤਰ੍ਹਾਂ ਡਾਈ ਰੱਖ ਕੇ ਬਿਲਕੁਲ ਹੀ ਸਿੰਪਲ ਤੇ ਸਾਨ ਤਰੀਕੇ ਨਾਲ ਕੋਝੋਖਾ ਨਹੀਂ ਹੈਗਾ ਇਹਦੇ ਵਿੱਚ ਠੀਕ ਹੈ ਜੀ ਦੱਸਦੇ ਆ ਤੁਹਾਨੂੰ ਮਸ਼ੀਨ ਤੇ ਵੀ ਕਿਸ ਤਰ੍ਹਾਂ ਆਪਾਂ ਲਗਾਉਣਾ ਹੈ ਤੇ ਕਿਸ ਤਰ੍ਹਾਂ ਆਪਾਂ ਬਟਨ ਰੈਡੀ ਕਰਨੇ ਨੇ ਲੋ ਜੀ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਵੱਡੇ ਬਟਨ ਦੀ ਤੇ ਵੱਡੀ ਡਾਈ ਦੱਸਾਂਗੇ ਠੀਕ ਹੈ ਜੀ ਹਰ ਇੱਕ ਬਟਨ ਦੇ ਸੈਜ਼ ਦੀ ਇੱਕ ਵੱਖਰੀ ਡਾਈ ਹੁੰਦੀ ਹੈ ਠੀਕ ਹੈ ਜੀ ਇਸ ਡਾਈ ਨਾਲ ਆਪਾਂ ਛੋਟੇ ਬਟਨ ਨਹੀਂ ਬਣਾ ਸਕਦੇ ਇਸ ਡਾਈ ਨਾਲ ਆਪਾਂ ਵੱਡੇ ਨਹੀਂ ਬਣਾ ਸਕਦੇ ਸਿੱਕੇ ਠੀਕ ਹੈ ਬਟਨਾ ਦੇ ਨਾਲ ਹੀ ਆਪਾਂ ਨੂੰ ਇਹ ਡਾਈ ਮਿਲਦੀ ਹੈ ਠੀਕ ਹੈ ਜੀ ਸਭ ਵੱਖਰੀਆਂ ਵੱਖਰੀ ਸਾਈਜ਼ ਹੁੰਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਇਸ ਡਾਈ ਮਸ਼ੀਨ ਬਾਰੇ ਦੱਸਾਂਗੇ ਠੀਕ ਹੈ ਜੀ ਇਹ ਮਸ਼ੀਨ ਬਹੁਤ ਹੀ ਵਧੀਆ ਮਾਰਕੀਟ ਵਿੱਚ ਅਵੇਲੇਬਲ ਮਿਲ ਜਾਂਦੀ ਹੈ ਠੀਕ ਹੈ ਜੀ ਤੁਸੀਂ ਆਨਲਾਈਨ ਵੀ ਪਰਚੇਸ ਕਰ ਸਕਦੇ ਹੋ ਠੀਕ ਹੈ ਇਹਦੇ ਵਿੱਚ ਦੱਸਦੇ ਹਾਂ ਤੁਹਾਨੂੰ ਪਹਿਲਾਂ ਆਪਾਂ ਇਸ ਦੇ ਸਾਈਡ ਵਾਲਾ ਨਟ ਇਸ ਤਰ੍ਹਾਂ ਢਿੱਲਾ ਕਰਨਾ ਹੈ ਠੀਕ ਹੈ ਜੀ ਢਿੱਲਾ ਕਰਨਾ ਹੈ ਤੇ ਇਹ ਜੋ ਡਾਈ ਏ ਪਹਿਲਾਂ ਇਸ ਨੂੰ ਆਪਾਂ ਕੱਢ ਕੇ ਰੱਖ ਲਾਂਗੇ ਸਾਰਾ ਕੁਝ ਇਸ ਦਾ ਠੀਕ ਹੈ ਜੀ ਤੁਸੀਂ ਬਹੁਤ ਹੀ ਧਿਆਨ ਨਾਲ ਦੇਖਿਓ ਸਭ ਤੋਂ ਪਹਿਲਾਂ ਆਪਾਂ ਵਿੱਚ ਵਾਲਾ ਆਵਲਾ ਸਾਈਡ ਤੇ ਜਿਹੜਾ ਨਟ ਹੁੰਦਾ ਉਹਨੂੰ ਢਿੱਲਾ ਕਰਾਂਗੇ ਫਿਰ ਡਾਈ ਨੂੰ ਇਸ ਤਰ੍ਹਾਂ ਦੇਖੋ ਤੁਸੀਂ ਇਸ ਤਰ੍ਹਾਂ ਆਪਾਂ ਵਿੱਚ ਰੱਖ ਦਾਂਗੇ ਤੇ ਇਸ ਨੂੰ ਇਸ ਤਰ੍ਹਾਂ ਟਾਈਟ ਕਰ ਦਵਾਂਗੇ ਤਾਂ ਜੋ ਆਪਣੀ ਡਾਈ ਹਿੱਲੇ ਨਾ ਬਿਲਕੁਲ ਵੀ ਤੁਸੀਂ ਦੇਖ ਸਕਦੇ ਹੋ ਇੱਥੋਂ ਟਾਈਟ ਕਰ ਦਾਂਗੇ ਫਿਰ ਆਪਾਂ ਸੈਕਿੰਡ ਕੀ ਕਰਨਾ ਹੈ ਪਹਿਲਾਂ ਆਪਾਂ ਸਪ੍ਰਿੰਗ ਪਾਵਾਂਗੇ ਠੀਕ ਹੈ ਜੀ ਸੈਕਿੰਡ ਤੇ ਫਿਰ ਉਸ ਤੋਂ ਬਾਅਦ ਜਿਹੜੀ ਆਵਲੀ ਚੀਜ਼ ਹੁੰਦੀ ਹੈ ਸਪ੍ਰਿੰਗ ਦੇ ਨਾਲ ਉਸ ਨੂੰ ਇਸ ਤਰ੍ਹਾਂ ਪਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਫਿਰ ਇਸ ਦੇ ਵਿੱਚ ਆਪਾਂ ਬਟਨ ਰੱਖ ਕੇ ਫਿਰ ਆ ਰੱਖਾਂਗੇ ਠੀਕ ਹੈ ਜੀ ਸੋ ਪਹਿਲਾਂ ਆਪਾਂ ਇੱਕ ਬਟਨ ਰੈਡੀ ਕਰ ਲਈਏ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਇਸ ਡਾਈ ਦੇ ਸਾਈਜ਼ ਦਾ ਹੀ ਆਪਾਂ ਬਟਨ ਲੈ ਲਿਆ ਵੱਡਾ ਠੀਕ ਹੈ ਜੀ ਇਸ ਦੇ ਨਾਲ ਹੀ ਆਪਾਂ ਤੁਸੀਂ ਦੇਖ ਸਕਦੇ ਹੋ ਇਸ ਦੇ نیچے ਵਾਲਾ ਜਿਹੜਾ ਮੋਰੀਆਂ ਵਾਲਾ ਹੁੰਦਾ ਇਹ نیچے ਲੱਗਦਾ ਠੀਕ ਹੈ ਜੀ ਇਹ ਆਪਾਂ ਰੱਖ ਲਿਆ ਹੁਣ ਇਸ ਤਰ੍ਹਾਂ ਆਪਾਂ ਇੱਕ ਕਪੜਾ ਲਵਾਂਗੇ ਤੇ ਜਿਹੜਾ ਆਪਣਾ ਉੱਪਰ ਸਾਫ਼ ਬਟਨ ਹੈ ਇਸ ਨੂੰ ਰੱਖਾਂਗੇ ਇਸ ਤਰ੍ਹਾਂ ਠੀਕ ਹੈ ਜੀ ਕੱਪੜੇ 'ਚ ਇਸ ਤਰ੍ਹਾਂ ਰੱਖਾਂਗੇ ਤੁਸੀਂ ਦੇਖ ਸਕਦੇ ਹੋ ਤੇ ਇਸ ਨੂੰ ਇਸ ਤਰ੍ਹਾਂ ਸੈੱਟ ਕਰਾਂਗੇ ਹੱਥ ਨਾਲ ਠੀਕ ਹੈ ਜੀ ਫਿਰ ਇਸ ਤੇ ਆਪਾਂ ਇੱਕ ਧਾਗੇ ਦੀ ਮਦਦ ਨਾਲ ਇਸ ਤਰ੍ਹਾਂ ਧਾਗਾ ਬਲੇਟਣਾ ਸ਼ੁਰੂ ਕਰ ਦਵਾਂਗੇ ਧਾਗਾ ਬਲਦੇ ਜਾਵਾਂਗੇ ਇਸ ਤਰ੍ਹਾਂ ਖਿੱਚ ਕੇ ਤੋੜ ਦਾਂਗੇ ਠੀਕ ਹੈ ਜੀ ਤਾਂ ਜੀ ਦੀ ਮਦਦ ਨਾਲ ਇਸ ਤਰ੍ਹਾਂ ਕੱਟ ਦਵਾਂਗੇ ਠੀਕ ਹੈ ਜੀ ਇਸ ਦੇ ਵਿੱਚ ਕਪੜਾ ਆਪਾਂ ਜ਼ਿਆਦਾ ਨਹੀਂ ਰੱਖਣਾ ਠੀਕ ਹੈ ਜੀ ਮਾਰਜਨ ਥੋੜਾ ਹੀ ਰੱਖਣਾ ਹੈ ਵਿੱਚ ਫਿਰ ਤੁਹਾਨੂੰ ਦੱਸਦੇ ਹਾਂ ਕਿਸ ਤਰ੍ਹਾਂ ਕਰਨਾ ਹੈ ਫਿਰ ਆਪਾਂ ਜਿਹੜਾ ਬਟਨ ਬਣਾਇਆ ਹੋਇਆ ਉਸ ਨੂੰ ਡਾਈ ਦੇ ਵਿੱਚ ਕਿਸ ਤਰ੍ਹਾਂ ਰੱਖਣਾ ਹੈ ਤੇ ਇਸ ਨੂੰ ਕਿਸ ਤਰ੍ਹਾਂ ਰੱਖਣਾ ਹੈ ਠੀਕ ਹੈ ਜੀ ਇਹ ਧਿਆਨ ਨਾਲ ਦੇਖਣ ਵਾਲੀ ਗੱਲ ਹੈ ਠੀਕ ਹੈ ਜੀ ਇਹ ਜਿਹੜਾ ਗਲੀਆਂ ਵਾਲਾ ਬਟਨ ਨੇ ਇਸ ਨੂੰ ਆਪਾਂ ਪਹਿਲਾਂ ਇਸ ਤਰ੍ਹਾਂ ਵਿੱਚ ਰੱਖ ਲੈਣਾ ਹੈ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਕਿਵੇਂ ਪਿਆ ਵਿੱਚ ਫਿਰ ਉਸ ਦੇ ਉੱਪਰ ਆਪਾਂ ਇਸ ਤਰ੍ਹਾਂ ਬਟਨ ਰੱਖ ਦੇਣਾ ਠੀਕ ਹੈ ਜੀ ਮਾਰਜਨ ਵਿੱਚ ਥੋੜਾ ਹੋਵੇ ਜਿਆਦਾ ਨਾ ਹੋਵੇ ਠੀਕ ਹੈ ਜੀ ਇਸ ਤਰ੍ਹਾਂ ਰੱਖ ਦਵਾਂਗੇ ਆਪਾਂ ਸਿੱਧਾ ਬਟਨ ਫਿਰ ਆਪਾਂ ਲਾਂਗੇ ਅਵਲੀਡਾਈ ਠੀਕ ਹੈ ਜੀ ਆਹ ਜਿਹੜੀ ਚੀਜ਼ ਬਣੀ ਹੋਈ ਹੈ ਇਹ ਆਏਗੀ ਆ ਉਹਦੇ ਉੱਤੇ ਮੋਦੀ ਮਾਰਨੀ ਹੈ ਆਪਾਂ ਠੀਕ ਹੈ ਜੀ ਉਲਟ ਸਾਈਡ ਉਹਦੇ ਰੱਖਣੀ ਹੈ ਆਹ ਸਾਈਡ ਆਏਗੀ ਉੱਪਰ ਤੇ ਇਸ ਦੇ ਵਿੱਚ ਇੱਕ ਆਹ ਚੀਜ਼ ਆਪਾਂ ਇਸ ਤਰ੍ਹਾਂ ਜਾਏਗੀ ਜਿਹੜਾ ਤੇ ਸਾਫ ਪਾਸਾ ਹੈ ਉਹ ਸਾਫ ਪਾਸੇ ਵੱਲ ਹੀ ਜਾਏਗਾ ਠੀਕ ਹੈ ਜੀ ਜਿਹੜੀ ਇਸ ਤਰ੍ਹਾਂ ਗੋਲਾਈ ਬਣੀ ਏ ਤੇ ਉਥੇ ਗੋਲਾਈ ਵਾਲਾ ਪਾਸਾ ਹੀ ਜਾਏਗਾ ਇਸ ਤਰ੍ਹਾਂ ਗੋਲਾਈ ਦੇ ਨਾਲ ਹੀ ਆਪਾਂ ਗੋਲਾਈ ਵਾਲਾ ਪਾਸਾ ਪਾ ਦਾਂਗੇ ਠੀਕ ਹੈ ਜੀ ਤੇ ਇਸ ਨੂੰ ਇਸ ਦੇ ਉੱਪਰ ਇਸ ਤਰ੍ਹਾਂ ਰੱਖ ਦਵਾਂਗੇ ਪ੍ਰੋਪਰ ਤੇ ਇਸ ਨੂੰ ਦੋ ਵਾਰ ਉੱਪਰ ਤੋਂ ਦੋ ਵਾਰ ਉੱਪਰ ਤੋਂ ਪ੍ਰੈਸ ਕਰਾਂਗੇ ਠੀਕ ਹੈ ਜੀ ਇਸ ਨੂੰ ਚੱਕ ਕੇ ਪਰਾਂ ਦੇਖਾਂਗੇ ਕਿ ਆਪਣਾ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਪਿਆਰਾ ਬਟਨ ਆਪਣਾ ਰੈਡੀ ਹੋ ਚੁੱਕਿਆ ਠੀਕ ਹੈ ਜੀ ਬੈਗ ਤੋਂ ਵੀ ਫਰੰਟ ਤੋਂ ਵੀ ਜਿਆਦਾ ਜ਼ੋਰ ਨਹੀਂ ਲਗਾਣਾ ਡਾਈ ਨੂੰ ਪੁਸ਼ ਕਰ ਲਗਿਆ ਠੀਕ ਹੈ ਜੀ ਜਿਆਦਾ ਜ਼ੋਰ ਨਹੀਂ ਲਗਾਣਾ ਅਗਰ ਆਪਾਂ ਜਿਆਦਾ ਜ਼ੋਰ ਲਗਾਣੇ ਆ ਤਾਂ ਇਹ ਆਪਣਾ ਕਪੜਾ ਸਾਈਡਾਂ ਤੋਂ ਫਟਨ ਦਾ ਡਾਰੇ ਠੀਕ ਹੈ ਜੀ ਇਸੇ ਤਰ੍ਹਾਂ ਹੁਣ ਤੁਹਾਨੂੰ ਇਸ ਤੋਂ ਛੋਟੇ ਸਾਈਜ਼ ਦੀ ਡਾਈ ਤੇ ਛੋਟੇ ਸਾਈਜ਼ ਦਾ ਬਟਨ ਬਣਾਉਣਾ ਦੱਸਦੇ ਆ ਛੋਟੇ ਬਟਨ ਬਾਰੇ ਦੱਸਾਂਗੇ ਮੋਸਟਲੀ ਇਹ ਬਟਨ ਜਿਆਦਾ ਲੱਗਦੇ ਨੇ ਠੀਕ ਹੈ ਜੀ ਇਹ ਨਾ ਤਾਂ ਵੱਡਾ ਸਾਈਜ਼ ਹੈ ਨਾ ਛੋਟਾ ਹੈ ਠੀਕ ਹੈ ਜੀ ਮੋਸਟਲੀ ਇਹ ਬਟਨ ਆਪਣੇ ਚੱਲਦੇ ਨੇ ਇਹਨੂੰ ਆਪਾਂ ਕੱਢ ਕੇ ਰੱਖ ਲਾਂਗੇ ਤੇ ਇਸ ਦੇ ਨੀਚੇ ਵਾਲਾ ਇੱਕ ਬਟਨ ਕੱਢ ਕੇ ਰੱਖ ਲਾਂਗੇ ਠੀਕ ਹੈ ਜੀ ਤੇ ਇਸ ਦੇ ਨਾਲ ਹੀ ਰਿਲੇਟਡ ਆਪਾਂ ਡਾਈ ਲਗਾਵਾਂਗੇ ਜਿਹੜੀ ਡਾਈ ਆਪਾਂ ਪਹਿਲਾਂ ਲਗਾਈ ਸੀ ਉਸ ਦੇ ਵਿੱਚ ਬਟਨ ਨਹੀਂ ਫਿੱਟ ਆਏਗਾ ਠੀਕ ਹੈ ਜੀ ਆਓ ਦੱਸਦੇ ਹਾਂ ਤੁਹਾਨੂੰ ਇਹ ਡਾਈ ਫਿੱਟ ਕਰਨ ਦਾ ਤਰੀਕਾ ਸਭ ਤੋਂ ਪਹਿਲਾਂ ਆਪਾਂ ਛੋਟੇ ਬਟਨ ਦੀ ਤਿਆਰੀ ਕਰ ਲੈਣੇ ਆ ਠੀਕ ਹੈ ਜੀ ਬਾਅਦ ਵਿੱਚ ਤੁਹਾਨੂੰ ਡਾਈ ਦੱਸਾਂਗੇ ਇੱਕ ਕਪੜਾ ਲੈ ਲਵਾਂਗੇ ਇਸ ਤਰ੍ਹਾਂ ਸਿੱਧੀ ਸਾਈਡ ਬਾਹਰ ਰੱਖਾਂਗੇ ਤੇ ਪੁੱਠੀ ਸਾਈਡ ਇਸ ਤਰ੍ਹਾਂ ਆਪਾਂ ਕਪੜਾ ਰੱਖਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਬਟਨ ਹੁਸ ਦੇ ਵਿੱਚ ਰੱਖਾਂਗੇ ਕੱਪੜੇ ਦੇ ਤੇ ਇਸ ਤਰ੍ਹਾਂ ਨਾਲ ਆਪਾਂ ਧਾਗੇ ਦੀ ਮਦਦ ਨਾਲ ਚੰਗੀ ਤਰ੍ਹਾਂ ਇਹਨਾਂ ਪ੍ਰੋਪਰ ਹੋਵੇ ਠੀਕ ਹੈ ਜੀ ਇਸ ਤਰ੍ਹਾਂ ਧਾਗਾ ਮਲਣਾ ਸ਼ੁਰੂ ਕਰ ਦਵਾਂਗੇ ਧਾਗਾ ਲਵੇਟ ਕੇ ਇਸ ਤਰ੍ਹਾਂ ਇਸ ਨੂੰ ਖਿੱਚ ਕੇ ਤੋੜ ਦਵਾਂਗੇ ਤੇ ਇਸ ਨੂੰ ਆਪਾਂ ਕੈਂਚੀ ਨਾਲ ਇਸ ਤਰ੍ਹਾਂ ਕੱਟ ਦਵਾਂਗੇ ਠੀਕ ਹੈ ਜੀ ਮਾਰਜਨ ਜ਼ਿਆਦਾ ਨਹੀਂ ਰੱਖਣਾ ਨਹੀਂ ਤੇ ਆਪਣਾ ਬਟਨ ਬੰਦ ਹੋਣ ਵਿੱਚ ਦਿੱਕਤ ਆਏਗੀ ਖੁੱਲੀ ਜਾਏਗਾ ਵਾਰ-ਵਾਰ ਠੀਕ ਹੈ ਜੀ ਹੁਣ ਆਪਣਾ ਬਟਨ ਹੈ ਤੇ ਕਪੜਾ ਆਪਾਂ ਛੜਾ ਲਿਆ ਹੁਣ ਤੁਹਾਨੂੰ ਦਾਈ ਦੱਸਦੇ ਆ ਇਸ ਦੇ ਨਾਲ ਰਿਲੇਟਡ ਹਰੇਕ ਬਟਨ ਦੀ ਵੱਖਰੀ ਵੱਖਰੀ ਡਾਈ ਹੁੰਦੀ ਹੈ ਠੀਕ ਉਸੇ ਤਰ੍ਹਾਂ ਨਟ ਢਿੱਲਾ ਕਰਾਂਗੇ ਆਪਾਂ ਤੇ ਸਭ ਤੋਂ ਪਹਿਲਾਂ ਆਪਾਂ ਇਸ ਨੂੰ ਸੈੱਟ ਕਰਕੇ ਰੱਖਾਂਗੇ ਫਿਰ ਆਪਾਂ ਨਟ ਟਾਈਟ ਕਰ ਦਵਾਂਗੇ ਫਿਰ ਉਸੇ ਤਰ੍ਹਾਂ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਸਪਰਿੰਗ ਫਿਰ ਉਸ ਦੇ ਉੱਪਰ ਇਹ ਆਏਗਾ ਠੀਕ ਹੈ ਜੀ ਫਿਰ ਉਸ ਦੇ ਵਿੱਚ ਇਹ ਪਾਣ ਤੋਂ ਬਾਅਦ ਉਸ ਦੇ ਵਿੱਚ ਆ ਜਿਹੜਾ ਗਲੀਆਂ ਵਾਲਾ ਬਟਨ ਹੈ ਇਹਨੂੰ ਪਾਵਾਂਗੇ ਇਸ ਨੂੰ ਆਪਾਂ ਕਿਸ ਤਰ੍ਹਾਂ ਰੱਖਣਾ ਹੈ ਇਹ ਬਹੁਤ ਧਿਆਨ ਨਾਲ ਦੇਖਣਾ ਹੈ ਤੁਸੀਂ ਉਸ ਤੋਂ ਬਾਅਦ ਆਪਾਂ ਜਿਹੜੇ ਬਟਨ ਦੇ ਉੱਤੇ ਕੱਪੜਾ ਚੜਾਇਆ ਉਸ ਨੂੰ ਇਸ ਤਰ੍ਹਾਂ ਰੱਖਾਂਗੇ ਸਿੱਧਾ ਬਿਲਕੁਲ ਠੀਕ ਹੈ ਜੀ ਇਸ ਦੇ ਉੱਪਰ ਆਪਾਂ ਫਿਰ ਡਾਈ ਨੂੰ ਮੋਦਾ ਮਾਰਾਂਗੇ ਠੀਕ ਹੈ ਜੀ ਫਲੈਟ ਵਾਲਾ ਪਾਸਾ ਫਲੈਟ ਪਾਵਾਂਗੇ ਗੋਲਾਈ ਵਿੱਚ ਆਪਾਂ ਗੋਲਾਈ ਵਾਲਾ ਪਾ ਦਾਂਗੇ ਤੇ ਇਸ ਤਰ੍ਹਾਂ ਇਸ ਨੂੰ ਇਸ ਦੇ ਉੱਪਰ ਰੱਖ ਦਵਾਂਗੇ ਤੇ ਇਸ ਤਰ੍ਹਾਂ ਹਲਕਾ ਜਿਹਾ ਆਪਾਂ ਦੋ ਵਾਰੀ ਪ੍ਰੈਸ ਕਰਾਂਗੇ ਠੀਕ ਹੈ ਜੀ ਆਪਾਂ ਜ਼ਿਆਦਾ ਜ਼ੋਰ ਨਹੀਂ ਲਗਾਉਣਾ ਹੈਗਾ ਤੁਸੀਂ ਦੇਖ ਸਕਦੇ ਹੋ ਆਪਣਾ ਬਟਨ ਕਿੰਨਾ ਪਿਆਰਾ ਬਣ ਕੇ ਰੈਡੀ ਹੋ ਚੁੱਕਿਆ ਠੀਕ ਹੈ ਜੀ ਅਗਰ ਤੁਸੀਂ ਜ਼ਿਆਦਾ ਜ਼ੋਰ ਦੀ ਪੁਸ਼ ਕਰਦੇ ਹੋ ਤਾਂ ਸਾਈਡਾਂ ਤੋਂ ਕਪੜਾ ਫਟਣ ਦਾ ਵੀ ਡਰ ਹੈ ਠੀਕ ਹੈ ਜੀ ਤੁਸੀਂ ਦੇਖ ਹੀ ਸਕਦੇ ਹੋ ਕਿ ਆਪਣੇ ਦੋਨੋਂ ਬਟਨ ਕਿੰਨੇ ਪਿਆਰੇ ਲੱਗ ਰਹੇ ਨੇ ਅਗਰ ਤੁਸੀਂ ਫੈਂਸੀ ਬਟਨ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਲਿੰਕ ਡਿਸਕ੍ਰਿਪਸ਼ਨ ਵਿੱਚ ਮੈਂਸ਼ਨ ਕਰ ਦਿੱਤਾ ਗਿਆ ਏ ਫੈਂਸੀ ਬਟਨ ਬਣਾਉਣ ਦੀ ਵਿਧੀ ਤੁਸੀਂ ਉੱਥੋਂ ਦੇਖ ਸਕਦੇ ਹੋ ਲੋ ਜੀ ਅੱਜ ਅਸੀਂ ਲੈ ਕੇ ਆਏ ਸੀ ਤੁਹਾਡੇ ਵਾਸਤੇ ਡਾਈ ਬਟਨ ਬਣਾਉਣੇ ਠੀਕ ਹੈ ਜੀ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸੀ ਤੁਹਾਡੇ ਲਈ ਹੋਰ ਵੀ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਥੈਂਕ ਯੂ